ਮੋਗਾ ਦੇ ਨਜ਼ਦੀਕ ਪਿੰਡ ਤਲਵੰਡੀ ਮੱਲੀਆਂ ਦੇ ਗਰੀਬ ਕਿਸਾਨ ਅਜੈਬ ਸਿੰਘ ਕੋਲ ਸਟੇਅ ਆਰਡਰ ਹੋਣ ਦੇ ਬਾਵਜੂਦ ਵੀ ਧੱਕੇਸ਼ਾਹੀ ਨਾਲ ਕਣਕ ਵੱਢਣ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਸਾਡੇ ਪੱਤਰ ਪ੍ਰੇਰਕ ਸੁਖਚੈਨ ਸਿੰਘ ਨਾਲ ਗੱਲਬਾਤ ਕਰਦਿਆਂ ਕਿਸਾਨ ਅਜੈਬ ਸਿੰਘ ਨੇ ਦੱਸਿਆ ਕਿ ਮੈਂ ਆਪਣੀ ਪਤਨੀ ਦੇ ਨਾਮ 'ਤੇ 2013 ਵਿੱਚ 1 ਏਕੜ ਜ਼ਮੀਨ ਦੀ ਖਰੀਦ ਕੀਤੀ ਸੀ, ਜਿਸ ਦੀ ਰਜਿਸਟਰੀ ਅਤੇ ਇੰਤਕਾਲ ਮੇਰੀ ਪਤਨੀ ਸੁਰਜੀਤ ਕੌਰ ਨਾਮ 'ਤੇ ਦਰਜ ਹੈ। ਪਰ ਕੁਝ ਸਮੇਂ ਬਾਅਦ ਸਾਨੂੰ ਜ਼ਮੀਨ ਵੇਚਣ ਵਾਲੇ ਨੇ ਧੋਖਾਧੜੀ ਨਾਲ ਉਹ ਜ਼ਮੀਨ ਸੁਖਮੰਦਰ ਸਿੰਘ ਨੂੰ ਵੇਚ ਦਿੱਤੀ, ਜਿਸ ਦਾ ਕੇਸ ਚੱਲ ਰਿਹਾ ਹੈ ਅਤੇ ਕੋਰਟ ਨੇ ਸਾਨੂੰ ਸਟੇਅ ਆਰਡਰ ਜਾਰੀ ਕੀਤੇ ਹੋਏ ਹਨ। ਇਸ ਸਭ ਦੇ ਬਾਵਜੂਦ ਵੀ ਉਕਤ ਵਿਅਕਤੀ ਨੇ ਸਿਆਸੀ ਦਬਾਅ ਦੇ ਤਹਿਤ ਸਾਡੀ ਜ਼ਮੀਨ 'ਤੇ ਖੜੀ ਕਣਕ ਧੱਕੇ ਨਾਲ ਕੱਟ ਲਈ। ਉਹਨਾਂ ਪ੍ਰਸ਼ਾਸਨ 'ਤੇ ਆਰੋਪ ਲਾਉਂਦਿਆਂ ਕਿਹਾ ਕਿ ਉਸ ਨੇ ਵਾਰ ਵਾਰ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪਰ ਪ੍ਰਸ਼ਾਸਨ ਨੇ ਉਸ ਦੀ ਸੁਣਵਾਈ ਨਹੀਂ ਕੀਤੀ ਹੈ। ਉੱਧਰ ਇਸ ਸੰਬੰਧੀ ਥਾਣਾ ਮਹਿਣਾ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਜੈਬ ਸਿੰਘ ਨੇ ਦਰਖਾਸਤ ਦਿੱਤੀ ਸੀ, ਦੋਹਾਂ ਧਿਰਾਂ ਦੇ ਬਿਆਨ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ, ਦੋਸ਼ੀ ਪਾਏ ਜਾਣ ਵਾਲੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। 2013 ਦੇ ਵਿੱਚ ਮੈਂ ਜ਼ਮੀਨ ਖਰੀਦੀ ਸੀ, ਮੈਂ ਇਹਦੇ 'ਤੇ ਮੇਰਾ ਸਟੇਅ ਹੋ ਜਾਵੇ ਔਰ ਦੂਜੀ ਪਾਰਟੀ ਨੇ ਮੇਰਾ ਝੋਨਾ ਵਾਹ ਤਾ ਉਹਦੇ 'ਤੇ ਇਹਨਾਂ 'ਤੇ ਰਾਬਟ ਪਏਗੀ, ਉਸ ਤੋਂ ਬਾਅਦ ਹੁਣ ਉਹ ਧੱਕੇ ਨਾਲ ਮੇਰੀ ਕਣਕ ਵੱਢ ਕੇ ਲੈ ਗਏ ਔਰ ਇਹ ਇਹਨਾਂ 'ਤੇ ਜੋ ਮੈਨੂੰ ਇਨਸਾਫ ਮਿਲਣਾ ਚਾਹੀਦਾ ਔਰ ਇਹਨਾਂ 'ਤੇ ਇਸ ਚੀਜ਼ ਦਾ ਪਰਚਾ ਹੋਣਾ ਚਾਹੀਦਾ। ਸਾਨੂੰ 2013 ਦੇ ਵਿੱਚ 2013 ਦੇ ਵਿੱਚ ਅੱਛਾ ਕੀ ਕਿਹੜੀ ਗੱਲੋਂ ਵੱਢ ਕੇ ਗਿਆ, ਧੱਕਾ ਕਿਉਂ ਕਰ ਰਹੇ ਹਾਂ ਤੁਹਾਡੇ ਨਾਲ? ਇਹ ਜੀ ਇਹਨਾਂ ਨੇ ਮੰਨ ਲਓ ਜਿਹੜੀ ਬੁੜੀ ਤੋਂ ਜ਼ਮੀਨ ਲਈ ਸੀ ਉਹ ਰਜਿਸਟਰੀ ਇਹਨਾਂ ਦੀ ਗਲਤ ਹੋ ਚੁੱਕੀ ਸੀ, ਉਹ ਰਜਿਸਟਰੀ ਇਹਨਾਂ ਨੇ ਤਰਤੀਮਾ ਰਜਿਸਟਰੀ 17 ਸਾਲ ਬਾਅਦ ਕਰਾ ਕੇ ਹੁਣ ਉਹਨੂੰ ਮੇਰੀ ਮਤਲਬ ਲੈਣਾ ਤਾਂ ਇਹਨਾਂ ਨੇ ਸੁਰਜੀਤ ਕੌਰ ਤੋਂ ਆਪਦਾ ਜੋ ਕੁਛ ਵੀ ਲੈਣਾ ਉਹ 'ਤੇ ਕੇਸ ਕਰਾਉਣਾ ਚਾਹੀਦਾ ਅਤੇ ਪੈੜੀ ਇਹ ਵੱਢਦੇ ਆ ਅਜੈਬ ਸਿੰਘ ਦੇ ਘਰ ਵਾਲੇ ਅਮਰਜੀਤ ਕੌਰ ਧੱਕੇ ਨਾਲ। ਕੌਣ ਜਿਹੜੇ ਬੰਦੇ ਨੇ ਜਿਹੜੇ ਤੁਹਾਡੇ ਨਾਲ? ਇਹ ਸੁਖਵਿੰਦਰ ਸਿੰਘ ਵਗੈਰਾ। ਅਤੇ ਤੁਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ? ਹਾਂਜੀ, ਪੁਲਿਸ ਨੂੰ ਅਸੀਂ ਇਹਨਾਂ 'ਤੇ ਇੱਕ ਪਹਿਲਾਂ ਪਰਚਾ ਹੋਇਆ ਵੀ ਹੈ ਝੋਨਾ ਵਾਹੇ ਦਾ, ਹੁਣ ਰਾਬਟ ਫਿਰ ਪਈ ਹੋਈ ਹੈ ਇਹਨਾਂ 'ਤੇ ਆਪਣੀ ਕਣਕ ਵੱਢਣ ਦੀ। ਕਿਹੜੇ ਥਾਣੇ ਦੇ ਵਿੱਚ ਦਿੱਤਾ ਜੀ ਤੁਸੀਂ? ਇਹ ਥਾਣਾ ਮਹਿਣਾ ਦੇ ਵਿੱਚ। ਰਜਿਸਟਰੀ ਵਗੈਰਾ ਉਹ ਸਾਰੀ ਤੁਹਾਡੇ ਕੋਲ? ਸਭ ਕੁਝ ਸਾਡੇ ਕੋਲ, ਰਜਿਸਟਰੀ ਵੀ ਹੈ, ਜਮ੍ਹਾਂਬੰਦੀ ਵੀ ਹੈ, ਇੰਤਕਾਲ ਵੀ ਹੈ ਔਰ ਸਟੇਅ ਵੀ ਹੈ, ਸਾਰਾ ਕੁਝ ਤੁਹਾਡੇ ਕੋਲ ਹੋਣ ਦੇ ਬਾਵਜੂਦ ਧੱਕਾ ਕਿਉਂ ਕਰ ਰਹੇ? ਸਾਰਾ ਧੱਕਾ ਕਰ ਰਹੇ ਜੀ ਬਸ ਸਿਆਸੀ ਸਹਿ 'ਤੇ। ਕੀ ਚਾਹੁੰਦੇ ਕੀ ਤੁਸੀਂ? ਅਸੀਂ ਇਨਸਾਫ ਚਾਹੁੰਦੇ ਹਾਂ ਜੀ, ਸਾਡੀ ਚੀਜ਼ ਸਾਨੂੰ ਮਿਲਣੀ ਚਾਹੀਦੀ। ਸਾਡੇ ਇਕੱਲਾ ਹੀ ਜ਼ਮੀਨ ਲਈ ਹੈ, 7.5 ਕਿੱਲੇ ਜ਼ਮੀਨ ਲਈ ਸੀਗੀ 2013 'ਚ, ਅਤੇ ਇਹਨਾਂ ਨੇ ਸਾਡਾ ਪਹਿਲਾਂ ਝੋਨਾ ਵਾਹਤਾ ਜੀ, ਹੁਣ ਇਹਨਾਂ ਨੇ ਸਾਡੀ ਕਣਕ ਵੱਢ ਕੇ ਲੈ ਗਏ। ਜੀ ਕੌਣ ਲੋਕ ਹੈ ਜੀ? ਇਹ ਸੁਖਮੰਦਰ ਸਿੰਘ ਜੀ। ਕਿਉਂ ਇਹ ਕਰ ਰਹੇ ਨੇ ਜੀ ਤੁਹਾਡੇ ਨਾਲ ਧੱਕਾ ਕਿਉਂ ਕਰ ਰਹੇ? ਇਹਨਾਂ ਨੇ ਜ਼ਮੀਨ ਤਾਂ ਹੋਰ ਲਈ ਹੈ ਜੀ, ਅਤੇ ਇਹਨਾਂ ਨੇ ਤੀਮਾ ਰਿਐਕਟਰੀ ਕਰਾਈ ਸੀਗੀ ਅਤੇ 17 ਸਾਲਾਂ ਬਾਅਦ ਜੀ, ਅਤੇ ਹੁਣ ਇਹ ਕਹਿੰਦੇ ਸਾਡੀ ਆ, ਸਾਡੇ ਨਾਂ ਸਾਰਾ ਕੁਝ, ਗੁਰਦੌਰੀ ਰਿਐਕਟਰੀ ਵੀ ਸਾਡੀ ਮਾਤਾ ਦੇ ਨਾਮ, ਅਤੇ ਜ਼ਮੀਨ ਦਾ ਧੱਕੇ ਨਾਲ ਸਟੇਅ ਹੋਇਆ ਹੋਇਆ ਜੀ, ਅਤੇ ਤਾਂ ਵੀ ਉਸਦੇ ਬਾਵਜੂਦ ਹੁਣ ਸਾਡੀ ਕਣਕ ਵੱਢ ਕੇ ਲੈ ਗਏ। ਸਿਆਸੀ ਸ਼ਹਿਰ 'ਤੇ ਧੱਕਾ ਕਰ ਰਹੇ ਤੁਹਾਡੇ? ਹਾਂਜੀ, ਸਿਆਸੀ ਸ਼ਹਿਰ ਦੇ। ਤੁਹਾਡੇ ਕੋਲ ਕਾਗਜ਼ ਪੱਤਰ ਜੋ ਵੀ ਹੈ? ਸਾਰੇ ਕਾਗਜ਼ ਪੱਤਰ ਹੈਗੇ ਜੀ ਸਾਡੇ ਕੋਲ। ਅਤੇ ਪੁਲਿਸ ਦੇ ਧਿਆਨ 'ਚ ਲਿਆਂਦਾ ਜੀ ਕਿ? ਪੁਲਿਸ ਨੂੰ ਇਹੀ ਰਿਪੋਰਟ ਦਿੱਤੀ ਹੈ ਜੀ। ਅਤੇ ਕੀ ਕਹਿੰਦੇ ਕੀ ਨਹੀਂ? ਪੁਲਿਸ ਵਾਲੇ ਵੀ ਬਸ ਪਰਚਾ ਉਹਨਾਂ ਨੇ ਕਿਹਾ ਕੀਤਾ ਵਾ, ਹੁਣ ਅਸੀਂ ਗਏ ਸੀ ਪੁਲਿਸ ਕੋਲ, ਉਹਨਾਂ ਨੇ ਦਰਖਾਸਤ ਦਿੱਤੀ ਆ ਵੀ ਸਾਡੇ ਨਾਲ ਧੱਕਾ ਹੋ ਰਿਹਾ ਵਾ ਅਤੇ ਕਣਕ ਸਾਡੀ ਵੱਢ ਕੇ ਲੈ ਗਏ। ਕੀ ਚਾਹੁੰਦੇ ਕੀ ਤੁਸੀਂ? ਹਾਂ, ਇਨਸਾਫ ਚਾਹੁੰਦੇ ਹਾਂ ਜੀ।
ਸਾਡੇ ਮੇਰੇ ਕੋਲ ਤਲਵੰਡੀ ਮੱਲੀਆਂ ਦੇ ਮੁਤਲਕਾ ਜ਼ਮੀਨ ਦੇ ਸੰਬੰਧੀ ਇੱਕ ਵਿਵਾਦ ਹੈ, ਜਿਹਦੇ ਵਿੱਚ ਅਜਾਇਬ ਸਿੰਘ ਨੇ ਸਾਡੇ ਕੋਲ ਦਰਖਾਸਤ ਦਿੱਤੀ ਸੀਗੀ ਕਿ ਉਹਨਾਂ ਦੀ ਇੱਕ ਕਿੱਲੇ ਜ਼ਮੀਨ ਜਿਹੜੀ ਹੈਗੀ ਆ ਉਹਦੇ ਸੰਬੰਧੀ ਵਿਵਾਦ ਹੈ ਕਿ ਉਹਦੀ ਰਜਿਸਟਰੀ ਦੋ ਵਾਰੀ ਹੋਈ ਹੈ। ਉਸ ਸੰਬੰਧੀ ਦਰਖਾਸਤ ਦੇ ਸੰਬੰਧੀ ਜਿਹੜਾ ਹੈਗਾ ਅਸੀਂ ਪੜਤਾਲ ਕਰ ਰਹੇ ਹਾਂ, ਪੜਤਾਲ ਦੇ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਦੇ ਤਹਿਤ ਕਾਰਵਾਈ ਕਰਕੇ ਕਾਰਵਾਈ ਵਿੱਚ ਲਿਆ। ਕਿੰਨਾ ਖਿਲਾਫ਼ ਉਹਨਾਂ ਸੁਖਵਿੰਦਰ ਸਿੰਘ ਵਗੈਰਾ? ਸਰ ਇਹ ਵੀ ਪਤਾ ਲੱਗਿਆ ਕਿ ਉਹਨਾਂ ਦਾ ਜਿਹੜਾ ਸਟੇ ਸੀਗਾ ਪੈਲੀ ਦੇ ਉੱਪਰ ਸਟੇ ਹੋਣ ਦੇ ਬਾਵਜੂਦ ਕਣਕ ਕੱਟੀ ਗਈ? ਹਾਂਜੀ, ਜਿਹੜੀ ਸਟੇ ਦੇ ਬਾਅਦ ਜਿਹੜਾ ਸਟੇ ਸੀਗਾ ਉਹਦੇ ਵਿੱਚ ਜਿਹੜੀ ਕਣਕ ਕੱਟੀ ਗਈ ਸੀ ਉਹ ਜਿਹੜੀ ਉਹਨਾਂ ਦੀ ਸੀਗੀ ਅਸੀਂ DDR ਐਂਟਰੀ ਕਰਤੀ ਹੈ ਜੀ, ਜਿਹੜੀ ਜੋ ਕਾਰਵਾਈ ਬਣਦੀ ਸੀ ਉਹਦੇ ਤਹਿਤ ਕਰਤੀ ਹੈ ਜੀ DDR ਐਂਟਰੀ ਉਹਨਾਂ ਕਰਤੀ।